ਨਾਥ ਜੋਗੀਆਂ ਦਾ ਸਾਹਿਤ, ਪੰਜਾਬੀ ਸਾਹਿਤ ਦਾ ਮੁੱਢ ਨਾਥ ਜੋਗੀਆਂ ਤੋਂ ਹੀ ਬੱਝਿਆ ਸੀ, ਜਿਹੜਾ ਕਿ 8ਵੀਂ 9ਵੀਂ ਸਦੀ ਵਿੱਚ ਬੱਝਿਆ ਸੀ। ਨਾਥ ਸੰਪਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ, ਜਿਵੇਂ ਕਿ ਸਿੱਧ ਮੱਤ, ਨਾਥ ਮੱਤ, ਸਿੱਧ ਮੱਤ ਮਾਰਗ। ਸਿੱਧ ਮਾਰਗ ਦੇ ਨਾਂ ਨਾਲ ਵੀ ਕਹਿ ਦਿੱਤਾ ਜਾਂਦਾ, ਕਈ ਵਾਰ ਯੋਗ ਮਾਰਗ ਦੇ ਨਾਲ ਵੀ ਕਹਿ ਦਿੱਤਾ ਜਾਂਦਾ, ਯੋਗ ਸੰਪਦਾ, ਅਵਧੂਤ ਮੱਤ। ਪੰਜਾਬ ਅਤੇ ਰਾਜਸਥਾਨ ਨਾਥ ਜੋਗੀਆਂ ਦਾ ਮੂਲ ਕੇਂਦਰ ਸੀ। ਕਿਹੜਾ ਕਿਹੜਾ? ਇੱਕ ਤਾਂ ਪੰਜਾਬ ਸੀ ਅਤੇ ਦੂਸਰਾ ਰਾਜਸਥਾਨ, ਇਹ ਮੂਲ ਕੇਂਦਰ ਸੀ ਜੋਗੀਆਂ ਦਾ। ਡਾਕਟਰ ਮੋਹਨ ਸਿੰਘ ਨੇ ਯੋਗ ਮੱਤ ਦਾ ਆਰੰਭ ਅਥਰਵੇਦ ਤੋਂ ਮੰਨਿਆ ਹੈ, ਜਦਕਿ ਡਾਕਟਰ ਰਾਧਾ ਕ੍ਰਿਸ਼ਨ ਨੇ ਯੋਗ ਮੱਤ ਦੀ ਉਤਪਤੀ ਉਪਨਿਸ਼ਦਾਂ ਤੋਂ ਹੋਈ ਮੰਨਦੇ ਹਨ। ਇਹਨਾਂ ਦੋਨਾਂ ਦੇ ਵਿਚਾਰ ਅਲੱਗ ਅਲੱਗ ਨੇ, ਵੱਖਰੇ ਵੱਖਰੇ ਨੇ। ਮੋਹਨ ਸਿੰਘ ਦਾ ਤਾਂ ਮੱਤ ਹੈ ਜਿਹੜਾ ਯੋਗ ਮੱਤ ਦੇ ਆਰੰਭ ਕਹਿੰਦੇ ਨੇ ਅਥਰਵੇਦ ਤੋਂ ਹੋਇਆ ਹੈ, ਪਰ ਰਾਧਾ ਕ੍ਰਿਸ਼ਨ ਜੀ ਕਹਿੰਦੇ ਹਨ ਇਹ ਯੋਗ ਮੱਤ ਦਾ ਉਤਪਤੀ ਉਪਨਿਸ਼ਦਾਂ ਤੋਂ ਹੋਈ ਹੈ। ਯੋਗ ਤੋਂ ਭਾਵ ਹੈ ਸੰਜਮ, ਸੰਜਮ ਤੋਂ ਲਿਆ ਗਿਆ ਇੱਥੇ ਯੋਗ ਤੋਂ ਭਾਵ, ਜੋ ਮਨ ਨੂੰ ਡੋਲਣ ਤੋਂ ਰੋਕਦਾ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਵਿੱਚ ਸਥਾਨ ਡਾਕਟਰ ਮੋਹਨ ਸਿੰਘ ਨੇ ਦਿੱਤਾ, ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ। ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਸਥਾਨ ਨਾਥ ਜੋਗੀਆਂ ਦੇ ਸਾਹਿਤ ਨੂੰ ਦਿੱਤਾ ਸੀ ਨਾ, ਇਹ ਮੋਹਨ ਸਿੰਘ ਨੇ ਦਿੱਤਾ ਸੀ। ਨਾਥ ਜੋਗੀਆਂ ਦੀ ਨਿਸ਼ਾਨੀਆਂ ਨੇ, ਕੁਝ ਨਿਸ਼ਾਨੀਆਂ ਵੀ ਮਿਲਦੀਆਂ ਨੇ, ਜਿਵੇਂ ਕਿ ਗੋਰਖ ਹੱਟੜੀ ਕਿੱਥੇ ਹੈ ਪਿਸ਼ਾਵਰ ਦੇ ਵਿੱਚ, ਗੋਰਖ ਹੱਟੜੀ ਕਿੱਥੇ ਹੈ ਪਿਸ਼ਾਵਰ ਦੇ ਵਿੱਚ, ਬਾਲ ਨਾਥ ਦਾ ਟਿੱਲਾ ਜੇਹਲਮ ਵਿੱਚ, ਚੁਰੰਗੀ ਨਾਥ ਦੀ ਟੂਣੀ ਅਬੋਹਰ ਵਿੱਚ, ਪੂਰਨ ਦਾ ਖੂਹ ਇਹ ਸਿਆਲਕੋਟ ਵਿੱਚ ਮਿਲਦਾ ਹੈ। ਇਹ ਸਾਰੀਆਂ ਨਿਸ਼ਾਨੀਆਂ ਮਿਲਦੀਆਂ ਨੇ ਇਹਨਾਂ ਦੇ ਸੰਬੰਧਿਤ ਕਿ ਇਹ ਹੈਗੇ ਸੀ ਆਪਣੇ ਨਾਥ। ਔਰ ਆਦਿ ਨਾਥ ਦਾ ਪ੍ਰਥਮ ਅਵਤਾਰ ਮਛਿੰਦਰ ਨਾਥ ਨੂੰ ਮੰਨਿਆ ਜਾਂਦਾ ਹੈ। ਆਦਿ ਨਾਥ ਦਾ ਪ੍ਰਥਮ ਅਵਤਾਰ ਮਛਿੰਦਰ ਨਾਥ ਨੂੰ ਮੰਨਿਆ ਜਾਂਦਾ ਹੈ। ਉਲਟ ਬੰਸੀ, ਉਹ ਕਾਵਿ ਉਕਤੀ ਜਿਸ ਵਿੱਚ ਸਧਾਰਨ ਤੋਂ ਉਲਟ ਢੰਗ ਨਾਲ ਕਹੀ ਗਈ ਹੋਵੇ ਕੋਈ ਗੱਲ, ਜਿਸ ਵਿੱਚ ਵਿਰੋਧਾਭਾਸ ਅਲੰਕਾਰ ਦਾ ਕੁਝ ਕੁਝ ਚੌਲਾ ਵੀ ਪੈਂਦਾ ਹੈ, ਕੁਝ ਕੁਝ ਉਸ ਦੇ ਝਲਕਾ ਜਾਂ ਕੁਝ ਉਸ ਦੀ ਝਲਕ ਪੇਸ਼ ਹੁੰਦੀ ਹੈ। ਉਲਟ ਬਾਂਸੀ ਤੋਂ ਭਾਵ ਹੈ ਕਿ ਕੁਝ ਉਲਟ ਜਾਂ ਉਹ ਉਕਤੀ ਜਿਸ ਵਿੱਚ ਸਧਾਰਨ ਤੋਂ ਉਲਟ ਢੰਗ ਨਾਲ ਵਿਅੰਗ ਦੇ ਰੂਪ ਵਿੱਚ ਗੱਲ ਕਹੀ ਗਈ ਹੋਵੇ। ਇਸ ਰੂਪਕਾਰ ਦਾ ਪਿਛੋਕੜ ਖੋਖਣ ਅਤੇ ਪ੍ਰਤੀਤ ਹੁੰਦਾ ਹੈ ਕਿ ਇਸ ਦੀ ਵਰਤੋਂ ਨਾਥ ਜੋਗੀਆਂ ਦੇ ਸਾਹਿਤ ਵਿੱਚ ਵੀ ਮਿਲਦੀ ਹੈ। ਨਾਥ ਜੋਗੀ ਇਹ ਸਮਝਦੇ ਸਨ ਕਿ ਸੰਸਾਰ ਜਿਸ ਰਸਤੇ 'ਤੇ ਚੱਲ ਰਿਹਾ ਹੈ ਉਹ ਗਲਤ ਹੈ, ਇਸ ਲਈ ਸੰਸਾਰ ਤੋਂ ਉਲਟ ਚੱਲਣਾ ਜੋਗੀਆਂ ਅਨੁਸਾਰ ਸਹੀ ਮਾਰਗ ਹੈ। ਉਹ ਜੋਗੀ ਕਹਿੰਦੇ ਸੀ ਕਿ ਸੰਸਾਰ ਤੋਂ ਆਪਾਂ ਨੂੰ ਉਲਟ ਚੱਲਣਾ ਚਾਹੀਦਾ, ਇਸ ਲਈ ਉਹਨਾਂ ਨੇ ਆਪਣੀ ਕਵਿਤਾ ਵਿੱਚ ਉਲਟ ਢੰਗ ਨਾਲ ਗੱਲ ਕਹੀ, ਜਿਹੜੀ ਰਚਨਾਵਾਂ ਕੀਤੀਆਂ ਸੀ। ਨਾਥ ਜੋਗੀਆਂ ਸੰਬੰਧੀ ਜਾਣਕਾਰੀ, ਨਾਥ ਜੋਗੀਆਂ ਸੰਬੰਧੀ ਜਾਣਕਾਰੀ, ਜਲੰਧਰ ਨਾਥ ਸੀ ਇੱਕ, ਇੱਥੇ ਗਲਤ ਲਿਖਿਆ ਗਿਆ, ਜਲੰਧਰ ਨਾਥ ਆਦਿ ਨਾਥ ਪਹਿਲਾਂ ਜਿਸ ਨੂੰ ਕਹਿ ਦਿੱਤਾ ਜਾਂਦਾ ਹੈ, ਸ਼ਿਵ ਦਾ ਅਵਤਾਰ ਮੰਨਿਆ ਜਾਂਦਾ ਜਲੰਧਰ ਨਾਥ ਨੂੰ। ਆਪ ਦਾ ਸੰਬੰਧ ਪੰਜਾਬ ਨਾਲ ਦੱਸਿਆ ਜਾਂਦਾ ਹੈ ਅਤੇ ਜਲੰਧਰ ਸ਼ਹਿਰ ਵੀ ਆਪ ਦੇ ਨਾਂ 'ਤੇ ਹੀ ਵਸਿਆ ਸੀ। ਜਲੰਧਰ ਨਾਥ ਦੀ ਲਿਖੀ ਇੱਕ ਸ਼ਬਦੀ ਸ਼੍ਰੀ ਨਰਿੰਦਰ ਤੀਰ ਨੇ ਲੱਭੀ ਹੈ, ਇੱਕ ਸ਼ਬਦੀ ਇਹਨਾਂ ਦੀ ਲਿਖੀ ਹੋਈ ਸੀ ਜੋ ਜਲੰਧਰ ਨਾਥ ਦੀ ਮੰਨੀ ਜਾਂਦੀ ਹੈ। ਜਲੰਧਰ ਨਾਥ ਦੀ ਪ੍ਰਮੁੱਖ ਰਚਨਾ ਇਹ ਸੀ, ਔਰ ਆਪ ਦੀ ਬਹੁਤੀ ਰਚਨਾ ਸੰਸਕ੍ਰਿਤ ਵਿੱਚ ਹੀ ਮਿਲਦੀ ਹੈ। ਜਲੰਧਰ ਨਾਥ ਦੀ ਆਪਾਂ ਗੱਲ ਕਰ ਰਹੇ ਹਾਂ ਜਿਸ ਨੂੰ ਅਪਭ੍ਰੰਸ਼ ਦੇ ਨੇੜੇ ਦੀ ਕਿਹਾ ਜਾ ਸਕਦਾ ਹੈ। ਅੱਜ ਆਪਾਂ ਸਿਰਫ ਜਲੰਧਰ ਨਾਥ ਹੀ ਕਰਾਂਗੇ, ਜਿਹੜੇ ਅਗਲੇ ਨਾਥਾਂ ਦੇ ਵਿੱਚ ਆਉਣਗੇ, ਜਿਵੇਂ ਚੁਰੰਗੀ ਨਾਥ ਹੋ ਗਿਆ, ਹੋਰ ਨਾਥ ਆ ਗਏ, ਉਹ ਅਗਲੇ ਵੀਡੀਓਜ਼ ਵਿੱਚ ਆਪਾਂ ਕਰਦੇ ਜਾਵਾਂਗੇ। ਜਲੰਧਰ ਨਾਥ ਦੀ ਰਚਨਾ ਵਿੱਚ ਗੁਰਮਤਿ ਸ਼ਬਦਾਵਲੀ ਅਤੇ ਰਾਜਸਥਾਨੀ ਸ਼ਬਦਾਵਲੀ
ਦਾ ਪ੍ਰਭਾਵ ਪ੍ਰਤੱਖ ਤੌਰ 'ਤੇ ਦਿਖਾਈ ਦਿੰਦਾ ਹੈ। ਇੱਕ ਰਾਜਸਥਾਨ ਦੇ ਸ਼ਬਦ ਮਿਲਦੇ ਆਪਾਂ ਨੂੰ, ਹੈ ਨਾ। ਇੱਥੋਂ ਪਤਾ ਲੱਗਦਾ ਕਿ ਰਾਜਸਥਾਨ ਅਤੇ ਪੰਜਾਬ ਦੇ ਵਿੱਚ ਇਹ ਉਹਨਾਂ ਦਾ ਮੁੱਖ ਗੜ ਰਿਹਾ ਹੈ। ਕਿਹਨਾਂ ਦਾ? ਜੋਗੀਆਂ ਦਾ, ਨਾਥਾਂ ਦਾ, ਜਿਸ ਤੋਂ ਪੰਜਾਬੀ ਭਾਸ਼ਾ ਦਾ ਪ੍ਰਭਾਵ ਵੀ ਝਲਕਦਾ ਹੈ। ਅਤੇ ਇੱਥੇ ਆਪਣਾ ਅੱਜ ਦਾ ਵੀਡੀਓ ਹੁੰਦਾ ਖਤਮ, ਕਿਉਂਕਿ ਅੱਜ ਆਪਾਂ ਸਾਹਿਤ ਦਾ ਸ਼ੁਰੂਆਤ ਕੀਤਾ ਨਾਥ ਜੋਗੀਆਂ ਤੋਂ ਸਾਹਿਤ। ਅਤੇ ਜੇਕਰ ਤੁਹਾਨੂੰ ਵੀਡੀਓ ਸਹੀ ਲੱਗਿਆ, ਪੜ੍ਹਾਉਣ ਦਾ ਤਰੀਕਾ ਸਹੀ ਲੱਗਿਆ, ਤਾਂ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਘੰਟੀ ਵਜਾ ਦਿਓ, ਤਾਂ ਕਿ ਤੁਹਾਡੇ ਤੱਕ ਆਉਣ ਵਾਲੇ ਸਾਰੇ ਵੀਡੀਓ ਪਹੁੰਚ ਸਕਣ, ਜਿਹੜੇ ਆਪਣੇ ਦੋਸਤ ਮਾਸਟਰ ਕੇਡਰ ਅਤੇ ETT ਪੰਜਾਬੀ ਪੇਪਰ A ਦੀ ਤਿਆਰੀ ਕਰ ਰਹੇ ਹਨ, ਤਾਂ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਜੇਕਰ ਵੀਡੀਓ ਸਹੀ ਲੱਗਣ ਤਾਂ ਵੀਡੀਓ ਨੂੰ ਵੀ ਲਾਈਕ ਕਰ ਦਿੱਤਾ ਕਰੋ। ਥੈਂਕ ਯੂ, ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਥੈਂਕਸ।